बिस्मिल्लाहिर्रहमानिर्रहीम अस्सलाम वालेकुम मेरी प्यारी यूट्यूब फैमिली, क्या हाल चाल है? उम्मीद करने तू सभी खैरियत नाल हो, ते मैं भी खैरियत नाल हां। अल्लाह पाक तो खुश रखे, आबाद रखे, कारोबार बरकत पावे, आमीन सुम्मा आमीन। ते हां जी मेरे व्यूअर्स वगैरह, तो सा शनाज भाई ते मेरा मोहब्बत ही दिखाओ सन, ते शनाज भाई ते मेरी तो लड़ाई करनी थी। आज तो लड़ाई भी देखो, ते नाल नाल मोहब्बत देखो, बहु कुछ देखो। आज लास्ट एपिसोड है, आज तो देखण दा है। वीडियो वगैरह एंड तक देखनी, स्किप बिल्कुल नहीं करनी, और लाइक सब्सक्राइब लाजमी करनी। जे जे मुल्क दे दे पवे मेरे को कॉमेडी लाजमी दस दिवा है। ते आज शनाज बाजी मेरे को लगदे मेरे को घर छोड़ के बनना। हां जी जेड़ा कुछ शनाज बाजी पकेंदी पेदा मेरे को बिल्कुल पसंद करनी, और जुलदे हैं तो दिखे नहीं है। शनाज बाजी पसंद है के कहना। हां शनाज बाजी जेड़ा कुछ पकेंदी पेदा व्यूअर्स वगैरह को दिखा, क्या खवा दिखा ਜਿਹੜੀ ਸ਼ਾਇ ਪੱਕੇ ਦੀ ਪਈ, ਬਸ ਪੱਕੇ ਦੀ ਪਈ। ਵੀਵਰ ਵਗੈਰਾ ਵੀ ਦੇਖ ਗਿਣ ਸਨ, ਇਹ ਤਾਂ ਗੱਲ ਕਰੀ। ਵੀਵਰ ਵਗੈਰਾ ਕੋਲ ਪਈ ਗੁੱਜੀ ਰਹਿ ਗਈ ਸ਼ਾਇ, ਲੋਕ ਦਿਖਾ ਤਾਂ ਬਾਜੀ ਦਸਾ ਜਾਂ ਦਿਖਾ। ਹਾਂਜੀ ਬਾਜੀ ਸ਼ਨਾਜ ਬਾਜੀ ਦਸਾ ਵੀਵਰ ਕੁਝ ਸ਼ਾਇ ਪੱਕੇ ਨਹੀਂ ਪਈ, ਪੱਕੇ ਦਿਖੇ ਨਹੀਂ ਜਾਂ ਉਹਨਾਂ ਕੋਲ ਦੱਸੇ ਨਹੀਂ। ਮੈਂ ਜਿਹੜੀ ਸ਼ਾਇ ਪੱਕੇ ਨਹੀਂ ਪਈ ਉਸਿਆਂ ਤੇ ਭਾਵੇਂ ਇਹੋ ਕਰਨ ਦੀ ਪਈ ਉਸਿਆਂ, ਮੈਂ ਆਪਣੇ ਵੀਵਰ ਵਗੈਰਾ ਕੋਲ ਦਿਖਾ ਗਿਣ ਸਾਂ, ਉਹ ਦੇਖ ਗਿਣ ਸਾਂ। ਸੁਣੇ ਵੇ ਤੇ ਤੁਸੀਂ ਆਪਣੀ ਗੱਲ ਕਰੋ, ਮੈਂ ਕੋ ਉਹਦੇ ਗਿਲ ਸਨ ਮੇਰੇ ਵੀਵਰ ਵਗੈਰਾ ਜਿਹੜੀ ਸ਼ਾ ਪੱਕੇ ਸੀ। ਕੋ ਪਸੰਦ ਹੈ ਜਾਂ ਕਹਿਣਾ? ਮੈਂ ਕੋ ਤਾਂ ਪਸੰਦ ਅੱਗੇ ਤਾਂ ਪਸੰਦ ਮੈਂ ਕੋ ਕਹਿਣਾ ਹੀ, ਤੇ ਨਾ ਮੈਂ ਕਿਹਾ ਆਪਾਂ ਕਹੀ ਆਈ ਉਹ ਮੈਂ ਅਸਲ ਤੇ ਬਣੇ ਦੀ ਹੁਣ ਪਹਿਲੀ ਦਫਾ ਪਈਆਂ। ਆਖਿਰ ਜਿਹੜੀ ਸ਼ਾ ਗਿਣ ਆਈ ਹੁਣ ਉਹਨੇ ਪਤਾ ਨਹੀਂ ਸਟੇ ਨੇ ਤਾਂ, ਤੇ ਮੈਂ ਉਹ ਪੱਕੇ ਸਾਂ, ਮੈਂ ਦੇਖ ਸਾਂ। ਤੂੰ ਪਕਾ ਬੀਬੀ, ਮੈਂ ਮੇਰੀ ਪਈ ਦੇਖ ਕਿਤਾ ਮੇਰੀ ਪਈਆਂ ਮੈਂ ਦੇ ਨਾਲ ਹਮਸਾ ਨੇ ਘਰ ਮੇ ਕੋ ਹਵਾ ਹੀ ਨਹੀਂ ਭਾਰੀ ਪਾਰ ਵੀ ਮੁਰ ਗਿਆ। ਤੂੰ ਪਕੇ ਨਹੀਂ ਪਈ ਬੀਬੀ, ਮੈਂ ਕੋ ਉਹਦੇ ਕੋਲ ਖਾ ਰਹੀ ਮੇ ਕੋ ਬੋ ਆਂਦੀ ਹੈ, ਮੈਂ ਇਹ ਵੀ ਪਈ। ਠੀਕ ਹੈ ਤਾਂ ਚਲੋ, ਤੁਹਾਡੀ ਮਰਜ਼ੀ ਦੀ ਗੱਲ ਹੈ। ਸਾਹ ਬੀਬੀ ਵੀ ਵਰਦ ਵਗੈਰਾ ਕੋ ਤਾਂ ਪਕਾ ਤੇ ਖਾ ਹੀ ਬੈਠੀ। ਹਾਂ ਪਕੇ ਸਕਦਾ ਸਾਂ ਮੈਂ ਤਾਂ ਜਿਹੜੇ ਮੇਰੇ ਵੀ ਵਰ ਵਗੈਰਾ ਆਪ ਕੋ ਗੁਰਦੇ ਚੰਬੇ ਦੀ ਕਾਰ ਹੈ ਹੈ, ਤੇ ਮੇਰੇ ਉੱਤੇ ਗੱਲ ਹੀ ਢੇਰ ਕਰਦੀ, ਆਹ ਕਾ ਢੇਰ ਕਰਦੀ। ਅੱਜ ਮੈਂ ਖਾਂਦੀ ਪਿਆ ਜਾਂ ਖਦੋ ਸੇ ਜਾਂ ਪਚੋ ਸੇ ਜਾਂ ਉਲਟੀ ਕੀਤੋ ਸੇ। ਦੇਖੋ ਆਪਣੇ ਵੀਵਰ ਵਗੈਰਾ ਉਹਦੀ ਇੱਕ ਗੱਲ ਤਾਂ ਠੀਕ ਤਾਂ ਹੈ, ਪਰ ਨਹੀਂ ਪੱਕੀ ਤਾਂ ਹਿੱਸੇ ਕਹਿਣਾ। ਅੱਜ ਪੱਕਿਆਂ ਦੇ ਪੈ ਆਪੇ ਡਿਠਾ ਵੇ ਸੀ ਮੇਰੇ ਵੀਵਰ ਵਗੈਰਾ, ਮੇ ਕੋ ਪਾਣੀ ਵੀ ਭਰ ਭਰ ਕੇ ਮੇ ਕੋ ਲੜ ਗਏ, ਤੇ ਅੱਜ ਕੋਈ ਕਾਵੜ ਕਰੇਂਦੀ ਆ ਕੋਈ ਨਲਕੇ ਵਾਲੇ ਦੇ ਮੱਥੇ ਲੱਗਦੀ, ਹਾਂ ਨਾ ਤਾਂ ਮੈਂ ਨਹੀਂ ਬਚਦੀ ਹੈ ਪਾਣੀ ਭਰ ਭਰ। ਵੀਵਰ ਵਗੈਰਾ ਮੈਂ ਕੁਛ ਪੱਕੇ ਦੀ ਪਈਆਂ ਤੇ ਪੱਕੇ ਦੀ ਅੱਜ ਪਹਿਲੀ ਦੀ ਮਾਰ ਪਈਆਂ, ਆਓ ਤਾਂ ਕੁੜੀ ਖੇਂਦੀ ਆ ਕਿ ਤੁਸੀਂ ਖਾਂਦੇ ਹੋ, ਤੇ ਵਿੱਚ ਕਰ ਮੈਂ ਤਾਂ ਅੱਜ ਪਹਿਲੀ ਦਫਾ ਵੀ ਪੱਕੇ ਦੀ ਆ। ਦੇਖੋ ਆਪੇ ਕਿਆ ਥੀਂਦਾ, ਵੱਲ ਤੁਸਾਂ ਮੇ ਕੋ ਕਮੈਂਟ ਚ ਦੱਸਾ ਹੈ ਕਿ ਤੁਸਾਂ ਇਹ ਸ਼ਾਇ ਖਾਂਦੇ ਹੁੰਦੇ, ਕਹਿਣਾ ਅਸਾਂ ਤਾਂ ਖਾਂਦੇ ਪੈਣ ਤੇ ਖਾਂਦੇ ਤਾਂ ਅੱਜ ਪਹਿਲੀ ਦਫਾ ਪਏ। ਤੁਸਾਂ ਸ਼ੱਕ ਨਹੀਂ ਅੱਗੇ ਡੇਰੇ ਦਫਾ ਮੇਰੇ ਵੀਵਰ ਵਗੈਰਾ ਖਾਧੀ ਵੀ ਹੋ ਸੀ, ਤੇ ਸਾਡਾ ਅੱਜ ਪਹਿਲਾ ਜਾਣਾ ਸੀ। ਇਹ ਮੈਂ ਹੁਣ ਤੱਕ ਮੇਰੇ ਵੀਵਰ ਵਗੈਰਾ ਦੱਸੇਂਦੀ ਪਈਆਂ, ਅਤੇ ਮੈਂ ਤਾਂ ਕਈ ਕਈ ਬੰਦੇ ਆਦਨ ਵੀ ਅਸਾਂ ਖਾਂਦੇ ਕਹਿਣ ਸੈ, ਅਤੇ ਸੁਣੇ ਹੁਣ ਤਾਈ ਮੈਂ ਬਾਲਾਂ ਦੇ ਹੱਥ ਇਹ ਤੱਕ ਹੁਣ ਮੈਂ ਲਿਖੇਂਦੀ ਪਈਆਂ। ਕਿਹੜੇ ਬਾਲਾਂ ਦੇ ਬਾਜੀ ਹੱਥ ਕਾ ਪਾਏ ਬਾਜੀ? ਭਈਆ ਜਿਹੜੇ ਸਜਾਏ ਬਾਲ ਜੰਮਦਨ ਤਾਂ ਜਿਹੜੇ ਉਹਨਾਂ ਦੇ ਹੱਥ ਬਾਲਾਂ ਦੇ ਹੱਥ ਚੜਦੇ ਨਹੀਂ ਪੈ ਡੋਈ ਤੇ ਡੋਈ ਜੀ ਵਧੀ ਸਾਰੀ ਭਾਜੀ।
ਹੇ ਬਾਜੀ ਇਹ ਖਾਸ ਹੋ ਜੀ ਆ ਲਾ ਹੈ ਨੀ ਕੁਰਾੜਿਆ ਮੁਰਗਾ ਪੱਕੀ ਉਮਰ ਜੇ ਜੀ ਆ ਮਾਮਾ ਪਾਣੀ ਬਣਾ ਲਾ ਮੈਂ ਤਾਂ ਆਦਨ ਵਿਜੇ ਨੇ ਕੋ ਜੋੜਾਂ ਦਾ ਦਰਦ ਹੋਵੇ ਤਾਂ ਇਹ ਪਾਵੇ ਖਾਵੇਂ ਤੇ ਉਹਨਾਂ ਦੇ ਜੋੜਾਂ ਦੇ ਦਰਦ ਠੀਕ ਥੀ ਬੇਨਨ ਤੇ ਮੈਂ ਕੋ ਤਾਂ ਨਹੀਂ ਲੱਗਦੀ ਵੀ ਇਹ ਜੋੜਾਂ ਦੇ ਦਰਦ ਦੇ ਪਾਵੇ ਨਾ ਜੋੜਾਂ ਦੇ ਦਰਦ ਦੇ ਪਾਵੇ ਤਾਂ ਹੁੰਦਾ ਮੰਜ ਦੇ ਜਗਾਂ ਦੇ ਉਹ ਖਾਵੋ ਤਾਂ ਉਹ ਡੇਨਨ ਤਾਕਤ ਪਤਾ ਨਹੀਂ ਇਹ ਵੀ ਕੋਈ ਤਾਕਤ ਮਿਲੀ ਤਾਂ ਕਹੀਂ ਕੋ ਸੀ ਜਿਹਨੇ ਆਖੇ ਵੀ ਜੋੜਾਂ ਦੇ ਦਰਦ ਹਨ ਤੁਸੀਂ ਤਾਂ ਪਹਿਲੀ ਦਫਾ ਖਾਂਦੇ ਅਸੀਂ ਤਾਂ ਪਹਿਲੀ ਦਫਾ ਪੱਕੇ ਨਾ ਦੇਖੋ ਸਾਡੇ ਜੋੜਾਂ ਦੇ ਦਰਦ ਦੇਖੋ ਠੀਕ ਥੀਨਨ ਜਾਂ ਨਹੀਂ ਥੀਂਦੇ ਠੀਕ ਗਏ ਤਾਂ ਮੈਂ ਕੋਬਲ ਤਾਂ ਸ਼ਨਾਜ਼ ਡੇਲੀ ਪੱਕੇ ਸੀ ਨਾ ਠੀਕ ਥਾਏ ਤਾਂ ਲੂਣ ਮਿਰਚ ਮਸਾਲਾ ਅੱਜ ਗਲੇਂਦੀ ਪਿਆ ਪੂਰੀ ਜ਼ਿੰਦਗੀ 'ਚ ਕਹਿਣਾ ਗਲੇ ਸਾਂ ਸੁਣੇ ਵੀ ਮੇਰੇ ਵੀ ਵਾਲ ਵਗੈਰਾ ਸੁਣਦੇ ਬੈਠੇ ਦੇ ਤਾਂ ਦੇਖੋ ਆਪੇ ਦੇਦੇ ਤਾਂ ਹੈ ਮਾਹੌਲ ਕੌਣ ਅੱਛਾ ਵੀਵਰ ਵਗੈਰਾ ਹੁੰਦੇ ਤੇ ਬੈਠੇ ਵੇ ਤਾਂ ਡਰ ਤਾਂ ਡਾਢਾ ਲੱਗਾ ਬੈਠੇ ਵਾਲੀ ਰੋਜੇ ਸੁਚੇ ਨਹੀਂ ਤਾਂ ਚਲੋ ਮੇਰੇ ਜੋੜ ਤਾਂ ਠੀਕ ਥੀ ਵੇ ਸਨ ਨਾ ਤਾਂ ਤੱਕ ਪਤਾ ਹੀ ਨਾ ਕੋਈ ਖਾਵਣ ਤਾਂ ਕਾਹੀ ਨਹੀਂ ਦੇਖ ਜੇ ਨਿੱਕੇ ਬਾਲ ਨਹੀਂ ਜੁੰਮੇ ਪਏ ਹੁੰਦੇ ਤਾਂ ਉਹਨਾਂ ਦੇ ਹੱਥ ਹੋਣਾ ਨਾ ਉਵੇਂ ਹੱਥ ਹਨ ਵਗੈਰਾ ਡਿੱਠੇ ਵੇ ਉੱਥੇ ਤੋਨੀ ਮੀ ਵੀਚਾ ਪਾਣੀ ਕਿ ਕਬੀਲਿਆਂ ਮਕੌੜੇ ਵਧੇ ਹੁੰਦੇ ਨੇ ਮਰ ਨਾ ਮੰਨਣ ਹਰ ਕੋਈ ਆਪਣੀ ਖੁੱਟੀ ਨਾਲ ਮਰੇ ਅਤੇ ਜ਼ਬਰਦਸਤੀ ਨਹੀਂ ਮਾਰਨਾ ਚਾਹੀਦਾ ਕਹੀਂ ਕੋਈ ਇਹ ਮੈਂ ਤੁਹਾਨੂੰ ਇੱਥਾਂ ਪਾਣੀ ਵੇਟਾਂ ਇੱਥੀ ਹਾਂ ਕਿ ਕੀੜੀ ਕੀੜਨ ਮਕੌੜਨ ਇਹ ਤਾਂ ਹਰ ਸ਼ਹਿਰ ਹੁੰਦੀ ਪੈਦਾਵਾਰ ਅਸਾਂ ਵੀ ਹੁੰਦੀ ਪੈਦਾਵਾਰ ਜੀ ਹਾਂ ਵਗੈਰਾ ਡੇਦੇ ਪਵੇ ਹੁਣ ਮੈਨੇ ਬਾਲਾਂ ਦੇ ਹੱਥੇ ਕੁਛ ਲੈਂਦੀ ਪਈਆਂ ਛਿਲ ਮੁੱਛ ਕੇ ਵੱਲ ਪੱਕੇ ਸਾਂ ਜਾਂ ਜਾਂ ਖਾਵਣੇ ਹੋ ਮੈਨੂੰ ਖਾਰ ਬੈਠੀਏ ਤੇ ਵੱਲ ਹੁਣ ਕਿਆ ਕਰਾਂ ਮਜਬੂਰੀ ਏ ਸੁਣੇ ਵੇ ਉਨ ਵਾਰ ਤਾਂ ਮੈਂ ਕੋਈ ਨੂਰ ਨੀ ਜਰੀ ਚਖਾਇਆ ਗੋਸ਼ਤ ਸਾਰੀਆਂ ਬੂਟੀਆਂ ਖਾ ਗਈ ਅੱਜ ਤੱਕ ਮੈਂ ਨੂਰ ਗੁਜ਼ਰੀ ਨਾ ਚਖੇ ਸਾਂ ਨੂਰ ਹੀ ਮੈਂ ਹੋਠੇ ਤੋਂ ਜ਼ਬਾਨ ਬਤੇ ਸੀ ਬੈਠੇ ਅਕਸੀ ਸ਼ਨਾਜ਼ਰੀ ਤੜੇ ਚਾਕ ਸਾਂ ਬੱਚੀ ਕਸ਼ਾ ਕਰੀ ਸ਼ੋਰਾ ਤਾਂ ਉਸੀ ਉਹ ਵੀ ਕਹਿਣਾ ਦੇਸਾਂ ਇੱਕ ਮੈਂ ਥੋੜ੍ਹਾ ਬਹੁਤਾ ਸ਼ੋਰਾ ਤੁਹਾਨੂੰ ਕਦੇ ਕੋਈ ਸ਼ੋਰਾ ਵੀ ਕਹਿਣਾ ਦੇਸਾਂ ਅੱਜ ਇਹ ਵੱਲ ਇਹ ਨਾ ਈਦ ਮਨਾਵੇ ਕਿ ਇਹ ਸ਼ਨਾਜ਼ ਪਕਾਈ ਬੈਠੀ ਸੀ ਤਾਂ ਮੈਂ ਬਣ ਕੇ ਮੈਂ ਖਾ ਗਈ ਸਾਂ ਹਾਂ ਅੱਜ ਵੱਲ ਮੇਰੇ ਵੀਵਰ ਵਗੈਰਾ ਦਾਲ ਹੈ ਨਾ ਦੇ ਮਾਈ ਗੁਜ਼ਰੇ ਫਿਆਜ਼ ਏ ਸਾਡਾ ਬਾਲ ਉੱਚ ਸ਼ਰੀਫ ਦਾ ਏ ਤੇ ਤੂੰ ਵੀ ਫਿਆਜ਼ ਖਾਂ ਚੰਬੇ ਖਾਣੇ ਤਾਂ ਪਿੱਛੇ ਆਪ ਹੀ ਆ ਹਰ ਸ਼ਹਿਰ ਪਿੱਛੇ ਦਰੇ ਹੈ ਇਹ ਗੱਲ ਤਾਂ ਕਹਿ ਨੀ ਜਿਹੜੀ ਮਿਸੀਆ ਲੂਣੀ ਹੈ ਇਹ ਤਾਂ ਜਿਵੇਂ ਬਾਜੀ ਤੈਕੂ ਵੀ ਮੁੰਗਰੀਆ ਚ ਰੱਖ ਦੇ ਸੰਭਾਲਣ ਦਾ ਹੱਥ ਤੂੰ ਵੀ ਖਾਵੀ ਬੇਟਾ ਮੇਰਾ ਵੀਵਰ ਵਗੈਰਾ ਤੂੰ ਸਾਡਾ ਵੱਡਾ ਫੈਨ ਹੈ ਸੁਣੀ ਫੈਨ ਤਾਂ ਉਹ ਹੁਣ ਜਿਹੜਾ ਰੋਟੀ ਟਿੱਕੀਆਂ ਨੂੰ ਖਾਵਣ ਪੀਵਣ ਹਰ ਗੱਲ ਕਰਨ ਅੱਜ ਤਾਂ ਮੈਂ ਦੇ ਫਿਆਜ਼ ਖਾਂ ਤੂੰ ਆਪ ਹੀ ਆ ਚੰਬੇ ਖਾ ਬਣ ਬਾਲਣ ਦੇ ਹੱਥ ਤੂੰ ਵੀ ਆਪਣੀ ਮੁੰਗਰੀਆ ਚ ਰੱਖ ਦੇ ਕੋਈ ਕਿਆ ਥੀਂਦੇ ਆਪਾਂ ਇਹ ਹੁਣ ਮੈਂ ਬਾਲਾਂ ਦੇ ਹੱਥ ਤਾਂ ਛਿਲ ਗਈ ਦੇ ਨਾ ਤੇ ਹੁਣ ਮੈਂ ਕਿ ਮੈਂ ਮਿਸਾਲਾ ਬਣਾਵਾਂ ਤੇ ਬਾਲਾਂ ਦੇ ਹੱਥਾਂ ਕੋ ਪਕਾਵਾਂ ਚੇਟ ਕਰਾਂ ਤੇ ਇਹ ਹੁਣ ਤੁਸੀਂ ਦੇਦੇ ਬੜੇ ਹੁਣ ਮੈਂ ਕਿ ਮਿਸਾਲੇ ਦਾ ਆਹਾਰ ਕਰ ਕੇ ਨਾ ਚਲੋ ਤੇ ਬਾਲਾਂ ਦੇ ਵਕਤੀ ਹੱਥ ਪਕਾ ਕੇ ਵੱਲ ਬਾਲਾਂ ਕੋ ਖਵਾਵਾਂ ਦੇਦੇ ਬੇਟੇ ਮੈਂ ਦਿਖਾਓ ਸ਼ਨਾਜ਼ ਬਾਜੀ ਬਾਲਾਂ ਦੇ ਹੱਥ ਛਿਲ ਗਈ ਦੇਵੇ ਤਾਂ ਜੀ ਆ ਇਹ ਤਾਂ ਕੁੜੀ ਕਿਹਨੇ ਹੈ ਮਿਸਾਲਾ ਤਾਂ ਸੱਟ ਗਈ ਨਾ
ਸ਼ਨਾਜ਼ ਬਾਜੀ ਸਾਰੇ ਵਿਵਰਤ ਵਗੈਰਾ ਆ ਦੇਣਾ ਵੀ ਕਿ ਸ਼ਨਾਜ਼ ਬਾਜੀ ਆਪਣੇ ਬਾਲ ਨਹੀਂ ਦਿਖੇਂਦੀ ਕਿ ਕੋਈ ਬਾਲ ਤੇ ਇਤਨੇ ਕੋਲ ਹਨ ਤੂੰ ਨੇ ਦਿਖੇਂਦੀ ਹਾਂ ਮੇਰੇ ਬਾਲ ਕੋਲ ਹਨ ਤਾਂ ਮੇਰੇ ਬਾਲ ਮਡੇਲਨ ਮੈਂ ਵਿਵਰ ਵਗੈਰਾ ਕੁੜੀ ਨਹੀਂ ਦਿਖੇਂਦੇ ਹੁਣ ਮੇਰੇ ਵਿਵਰ ਵਗੈਰਾ ਮੇਰੀ ਧੀ ਤਾਂ ਪਰਨੀ ਹੋਈ ਹੈ ਉਹ ਹੁਣ ਮੈਂ ਤਾਂ ਕੁੜੀ ਖਾ ਨਹੀਂ ਸਕਦੀ ਤਾਂ ਇਹ ਆਪਣੇ ਘਰ ਆ ਲਏ ਤੇ ਇੱਕ ਮੇਰਾ ਛੋਟਾ ਪੁੱਤਰ ਉਲਹਾ ਤੋਂ ਡੇਥੇ ਵਧਾ ਉਹ ਤਾਂ ਹੁਣ ਤਾਂ ਕੁੜੀ ਖਾ ਨਹੀਂ ਸਕਦੇ ਠੀਕ ਹੈ ਅਜਾਣਾ ਵੀ ਆ ਕੋਈ ਨਾ ਦੇਖੇ ਉਹ ਅਲਹਾ ਘਰ ਵੇਲੇ ਦੇ ਦੇਵੇ ਮੇਰੇ ਵਿਵਰ ਵਗੈਰਾ ਉਹ ਤਾਂ ਮੇਰਾ ਪੁੱਤਰ ਮੇਰੇ ਤਵਾਜ਼ਨ ਠੀਕ ਕਾ ਨਹੀਂ ਗਾਲਾ ਬੋਲਾ ਹੈ ਵੱਲ ਜ਼ਰੀ ਉਹਨਾਂ ਲਾਈਟਾਂ ਵੀ ਸਹੀ ਕਾ ਨਹੀਂ ਠੀਕ ਹੈ ਤੇ ਜਿਹੜਾ ਵੀ ਆਮਰਾ ਛੋਟਾ ਪੁੱਤਰ ਹੈ ਉਹ ਛੋਟਾ ਕਾਰੋਬਾਰ ਤੇ ਮੈਂ ਦੇ ਉਹ ਵੱਲ ਆ ਦੇ ਤੋਸ ਤੇ ਵਾਲਾ ਸੰਤਾ ਕੋ ਪਤਾ ਹੈ ਕੁਝ ਸਾਰੇ ਸੁਲਤਾਨ ਰੀ ਦੀ ਕੋਈ ਕਮਾਈ ਹੋਈ ਤੇ ਕੋਈ ਹੂੰ ਬਾਲ ਦੀ ਕੋਈ ਸਭ ਰੋਟੀ ਪਕਾਈ ਉਹ ਮੇਰੇ ਪੁੱਤਰ ਕੋ ਟਾਈਮ ਹੁੰਦਾ ਕਹੇ ਨੇ ਮੇਰੇ ਵਿਵਰ ਵਗੈਰਾ ਨਾ ਤਾਂ ਉਹ ਵੀ ਤੱਕ ਆਪਣਾ ਬਾਲ ਦੀ ਕੰਮ ਦਾ ਦੀ ਮੇਰੀ ਜਿਹੜੇ ਵੇਲੇ ਆਵੇ ਸੀ ਘਰ ਗਈ ਵਧੀ ਤੇ ਜਿਹੜੇ ਵੇਲੇ ਆ ਸੀ ਵੱਲ ਤੋਂ ਤੁਆ ਕੋ ਲਿਖੇ ਸਾਂ ਵੀ ਇਹ ਮੇਰੀ ਧੀ ਵੀ ਹੈ ਪਈ ਮੇਰੇ ਵਿਵਰ ਵਗੈਰਾ ਵੀ ਆ ਮੇਰੇ ਸੋਹਣੇ ਮੌਸਮ ਮੇਰੇ ਵਿਵਰ ਵਗੈਰਾ ਆਵੇ ਤੂੰ ਸਾਂ ਮੇਰੇ ਫਾਇਨ ਵੇ ਤੁਹਾਡੇ ਦਿਖਾਉਣ ਕੋਲ ਅੱਲਾ ਮਾਫੀ ਦੇਵੇ ਮੇਰੇ ਬਾਲਾਂ ਕੋ ਕਿਆ ਹੈ ਮੇਰੇ ਬਾਲ ਕੋਈ ਇਹਦੇ ਸੋਹਣੇ ਜਨ ਜਿਹੜਾ ਤੂੰ ਸਾਂ ਮੇਰੇ ਬਾਲਾਂ ਕੋ ਨਜ਼ਰ ਮਾਰਦੇ ਸੋ ਮੇਰੇ ਵਿਵਰ ਵਗੈਰਾ ਇਵੇਂ ਅੰਜ ਥੀ ਮਾੜਾ ਲਿਆ ਗੱਲ ਹੀ ਕਰਾਂ ਦੇਵੇ ਬੈਠੇ ਯਕਦਮ ਮਰਚੇ ਗਾਟ ਸਟਾ ਬਾਜੀ ਇਹਦੇ ਭਈਆ ਅਸਲ ਤੇ ਗਾਲ ਇਹ ਕੋ ਜੇ ਮਰਚੇ ਦਾ ਉਤੋਂ ਕੱਲਾ ਰਹੇ ਜ਼ਰੇ ਫਿੱਕਾ ਵਿੱਚੋਂ ਤਾਂ ਮਰਚਾਂ ਇਵੇਂ ਹਨ ਤੇਜ਼ ਇਹ ਮੇਰੀ ਘਰ ਉਹ ਵਿੱਚੋਂ ਤੇਜ਼ ਤੇ ਜਿਹੜਾ ਦੇ ਤੇ ਕਿਆ ਦਨ ਇਹਦੇ ਮਰਚਾਂ ਥੋੜਿਆ ਸਟਾ ਮਰਚਾਂ ਥੋੜਿਆ ਸਟਾ ਉਹਨਾਂ ਦਾ ਵਿੱਚੋਂ ਲੈ ਤੱਕ ਇਵੇਂ ਕੋ ਤੇਜ਼ ਹਨ ਤੇ ਉਤੋਂ ਉਤੋਂ ਤਾਂ ਹੋਣ ਅਗਲਾ ਦਿਨ ਇਹ ਮਰਚਾਂ ਥੋੜਾ ਸਟਾ ਥੋੜਿਆ ਇਹ ਇਹ ਬਾਲੇ ਦੇ ਹੱਥ ਪੈ ਇਹ ਹੁਣ ਮੇਰੇ ਵਿਵਰ ਵਗੈਰਾ ਤੇ ਛੋਟਾ ਪਤਾ ਨਹੀਂ ਕਿਦੇ ਗਾ ਹੈ ਅੱਜ ਮੇਰਾ ਵਿਵਰ ਵਗੈਰਾ ਅੱਜ ਵਾਲਾ ਸਾ ਫਟੇ ਵਾਲੇ ਬਣ ਗਏ ਹੈ ਕਸਾਈ ਕਸਾਈ ਬਣ ਗਏ ਜਿਵੇਂ ਫਟਾ ਤੋਂ ਤਾਂ ਗੋਸ਼ਤ ਕੜੀ ਦੇ ਟੱਪ ਅਸਾਂ ਵਾਲਾ ਜੂ ਹੁਕਮ ਰੱਖੀ ਬੈਠਾ ਮੇਰੇ ਅੰਗਲੀ ਡੇ ਕਰੇ ਦੇ ਬੈਠੇ ਤੇ ਬਾਲੇ ਦੇ ਹੱਥ ਸਾਢੇ ਦੇਵੇ ਬਾਜੀ ਚੰਬੇ ਸੜ ਗਏ ਤਾਂ ਚੰਬੇ ਖਾਵਣ ਦਾ ਉਹ ਬਹੁ ਅਰਮਾਨ ਰਹੇ ਸੀ ਜਿਹੜਾ ਮੈਂ 450 ਲਈ ਬੈਠੀ ਹਾਂ ਉਹ ਵੀ ਵਿਵਰ ਵਗੈਰਾ ਉਹ ਵੀ ਖਤਮ ਥੀ ਆ ਗਿਆ ਤੇ ਕੋਈ ਫਾਇਦਾ ਤਾਂ ਨਾ ਲੱਗਾ ਸੁਣੇ ਵੇ ਸੁਲਤਾਨ ਰਿਸ਼ੋ ਦਾ ਮਿਹਨਤ ਕਰ ਕਰਕੇ ਤੇ ਪੈਸੇ ਗਿਣ ਕੇ ਆਏ ਅੱਜ ਮੈਂ ਕਿ ਮੈਂ ਇਹ ਬਾਲਾਂ ਦੇ ਹੱਥ ਪਕਾਵਾਂ ਲੋਕ ਤਾਂ ਪਕਾਉਂਦੇ ਦੇਖੋ ਮੈਂ ਪਕਾ ਦੇਖਾਂ ਕਿ ਕਿਆ ਪੋਜੀਸ਼ਨ ਬਣਦੀ ਹੈ ਤੇ ਲੋਕ ਆਦਨ ਇਹ ਜੋੜਨ ਦੇ ਦਰਦ ਵਾਸਤੇ ਠੀਕ ਹੁੰਦੇ ਮੇਰੇ ਵਿਵਰ ਵਗੈਰਾ ਇਹ ਤਾਂ ਬਿਹਤਰ ਜ਼ਿਆਦਾ ਪਤਾ ਤੁਹਾਨੂੰ ਵੀ ਹੋ ਸੀ ਮੇਰੇ ਵਿਵਰ ਵਗੈਰਾ ਜਿਹੜੇ ਜਿਹੜੇ ਇਹਨੇ ਕੋ ਖਾਂਦੇ ਨੇ ਤੇ ਉਹਨਾਂ ਕੋ ਅੱਛੇ ਲੱਗਦੇ ਨੇ ਕਮੈਂਟ ਵਿੱਚ ਸਕੂੰ ਲਾਜ਼ਮੀ ਦੱਸੇ ਸੋ ਕਿ ਇਹ ਜੋੜਨ ਦੇ ਦਰਦ ਕਿਤੇ ਹਨ ਜਾਂ ਕਹਿਣਾ ਵੱਲ ਸਕੂੰ ਮਜ਼ੀਦ ਪਤਾ ਲੱਗਵੇ ਸੀ ਕਿ ਲੋਕ ਸੱਚ ਬੋਲਦੇ ਕਮੈਂਟ ਵਿੱਚ ਸਕੂੰ ਲਾਜ਼ਮੀ ਦੱਸੇ ਸੋ ਤੇ ਆਵੇ ਸੋ ਤਾਂ ਮੇਰੇ ਵਿਵਰ ਵਗੈਰਾ ਅੱਜ ਤੱਕ ਵੀ ਬਾਲਾਂ ਦੇ ਹੱਥ ਖਵੇ ਸਾਂ ਕਿ ਕਿਆ ਬਣਦੇ ਆ ਆਪਣੇ ਡਿਠਾ ਵੇ ਸੀ ਬਾਜੀ ਸ਼ਨਾਜ਼ ਤੂੰ ਨਵਾਂ ਡਰਾਮਾ ਕੀਤੀ ਬੈਠੀ ਹੈ ਅੱਗੇ ਤਾਂ ਲੋਕ ਕੁਕੜੀ ਕੱਪ ਤੇ ਭੁਕਾ ਸਟਨਾ ਉਹਨਾਂ ਦੇ ਪੇਰੇ ਕੋ ਹੁਣ ਜਹਾਨ ਲੋਕ ਲਾਲਚ ਕੋ ਭੁੱਖੇ ਪਨ ਕੋ ਲੱਗ ਗਿਆ ਲਾਲਚ ਕੋ ਹੁਣ ਕੁਕੜੀ ਦੇ ਪੰਜੇ ਵਿਚੇ ਦੇ ਬੈਠਣ ਮੇਰਾ ਅੱਲਾ
ਬਾਜੀ ਤੂੰ ਸਵਾਲ ਆਪਣਾ ਇੱਕ ਅੰਡਾ ਚਤਰ ਲੋ ਮੇਰੀ ਭੈਣ ਜ਼ਰੂਰੀ ਬਾਹਰ ਨਿਕਲ ਗਿਆ ਮੈਂ ਹਮਸਾਇਆ ਦੇ ਘਰ ਆਪਣਾ ਆਲੂ ਪਾਲਕ ਖਾ ਕੇ ਆਈ ਬੈਠੀ ਆ। ਬਾਜੀ ਮੇਰੇ ਕੋਲ ਹੁਣ ਬਈ ਰੋਟੀ ਨਹੀਂ ਪਕਦੀ, ਤੂੰ ਆਖੇ ਤਾਂ ਪਕਾ ਦੇ, ਮੈਂ ਸੁਲਤਾਨ ਕਿਉਂ ਨਾ ਪਕਾ ਦੇ, ਤੇਰੀ ਆਪਣੀ ਮਰਜ਼ੀ ਹੈ, ਮੇਰੇ ਕੋਲ ਨਹੀਂ ਪਕਦੀ। ਅੱਛਾ ਅੱਛਾ ਨਾਲ ਲਿਆ ਮੈਂ ਸਹੀ ਉਹ ਸੁੱਕਾ ਸਾਗ ਉਬਾਲੀ ਖੜੀ, ਮੈਂ ਸ਼ਾਮ ਗੇਰਾ ਦਾ ਸੁਲਤਾਨ ਕੀਤੇ ਇਹ ਤੂੰ ਕੱਲੇ ਖਾ ਕੱਲੇ ਪੀ ਨੇ ਜਖਨੇ ਬੜਾ ਬੜਾ ਕੇ ਪੀ, ਤੇਰੀ ਕੋਈ ਅਗੇ ਹੱਡੀ ਕੋਈ ਕਮਜ਼ੋਰ ਹੋਵੇ ਤਾਂ ਉਹ ਗੱਡੀ ਚ ਬੈਸੀ। ਹਾਂ ਹਾਂਜੀ ਵਗੈਰਾ ਤੁਹਾਨੂੰ ਮੁਰਗੇ ਦੇ ਪੰਜੇ ਪਸੰਦ ਹੈ ਨਾ, ਇਹੀ ਮੈਂ ਕੀਤੀ ਭੈਣ ਤੋਂ ਪਸੰਦ ਹੈ ਨਾ, ਮੈਨੂੰ ਕਹਿ ਨਹੀਂ ਤੁਹਾਨੂੰ ਪੰਜੇ ਵਗੈਰਾ ਪਸੰਦ ਹੈ ਨਾ ਮੁਰਗੇ ਦੇ, ਮੈਨੂੰ ਕਹਿ ਨਹੀਂ ਪਸੰਦ, ਮੈਂ ਇਹ ਗੱਲ ਮੂੰਹ ਕਰ ਗਿਆ, ਮੈਂ ਨਿਕਲ ਗਈ ਮੈਂ ਘਰ ਕੋਲ ਬਾਹਰੋਂ ਕਿ ਮੈਂ ਨਹੀਂ ਦੇਦੀ ਨਾ, ਮੈਂ ਇਹ ਕਰਨੀ ਆ, ਮੈਂ ਵੱਲ ਨਹੀਂ ਆ, ਡੇਢ ਘੰਟਾ ਲਾ ਕੇ ਹਾਲ ਹੀ ਉਹ ਭੈਣ ਥਾ ਤੁਹਾਨੂੰ ਪਸੰਦ ਹੈ ਨਾ, ਮੈਨੂੰ ਕਾਮੇ ਰਸਾਏ ਅਗਰ ਤੁਹਾਨੂੰ ਪਸੰਦ ਹੈ ਤਾਂ ਮੈਨੂੰ ਪਸੰਦ ਨਹੀਂ ਲੱਗਿਆ, ਮੈਂ ਖਾਸਾ ਕਹਿ ਰਹਾ ਤੁਹਾਡੇ ਨਾਲ ਹਾਲ ਹਾਂ ਮਿਲੇ ਵੇ ਸਾਂ। ਇਹ ਵੱਲ ਕਹਿੰਦੇ ਵਾਸਤੇ ਫਰ ਕੇ ਰੱਖੀ ਪਈ, ਉਹ ਮੇਰੇ ਬਾਲ ਤਾਂ ਨਹੀਂ ਵੀ ਖਾਂਦੇ। ਬਾਜੀ ਤੁਹਾਡੇ ਬਾਲ ਨਹੀਂ ਖਾਂਦੇ, ਮੇਰੇ ਬਾਲ ਤਾਂ ਖਾਸ ਹਨ। ਹਾਂ ਹਾਂ ਤੇਰੇ ਬਾਲ ਚੰਬੇ ਦੀ ਤਰ੍ਹਾਂ ਮੂੰਹ ਹੈ ਪਈ ਵੱਡਾ ਵੱਡਾ। ਅੱਜ ਮੇਰੇ ਵੀਵਰ ਵਗੈਰਾ ਖਾਦੀ ਤਾਂ ਬੈਠੇ ਹੈ ਬਾਲਾਂ ਦੇ ਹੱਥ ਦੇਖੋ ਬੈਠੇ ਬਈ ਸ਼ਾਲਾ ਇਵੇਂ ਸ਼ਾ ਰਾਤ ਦੇ ਉੱਠੋ ਬਹੂ ਨਾ ਖੜੇ ਮੇਰੇ ਵੀਵਰ ਵਗੈਰਾ, ਅੱਜ ਪਕਾਣ ਤਾਂ ਪਹਿਲੀ ਦਫ਼ਾ ਇਸੇ ਦੇਖੋ ਆਪੇ ਕਿਆ ਥੀਂਦਾ ਪਤਾ ਨਹੀਂ, ਹੁਣ ਸ਼ਾਮ ਥੀ ਸੀ ਤਾਂ ਕੋਈ ਪਤਾ ਲੱਗ ਸੀ। ਮਤ ਢੇਡ ਚ ਹੱਥ ਮਾਰਨ ਖੜੇ ਬਾਲ, ਹਾਂ ਮਤ ਢੇਡ ਚ ਬਾਲ ਹੱਥ ਵੀ ਮਾਰਨ ਖੜੇ, ਦੇਖ ਸੁ ਆਪੇ ਹੁਣ ਕਿਆ ਕਰੂੰ ਵੱਲ ਪਰੇਸ਼ਾਨ ਨਾ ਥੀ ਸੁਣੇ ਵੇ ਜਿਥੋ ਜਿਥੋ ਮੇਰੇ ਬੈਠੇ ਵੇ ਥੇ ਵੀਵਰ ਵਗੈਰਾ ਸ਼ਾਲਾ ਖੁਸ਼ ਰਹੋ, ਅੱਲਾ ਤੇਰੇ ਬਾਦ ਰਹੇ, ਤੇਰੇ ਕਾਰੋਬਾਰ ਚਲਾ ਬਰਖਣਾ ਪਾਵੇ, ਤੁਹਾਡੀ ਬੜੀ ਜ਼ਿੰਦਗੀ ਹੋਵੇ ਤਾਂ ਧਿਆਨ ਹਵਾ ਹੀ ਨਾ ਲੱਗਣ, ਉਹਨੇ ਦਾ ਸਿਰ ਸਦਕਾ ਅੱਲਾ ਸਾਕ ਵੀ ਤੱਤੀ ਹਵਾ ਨਾ ਲਾਵੇ। ਮੇਰੇ ਵੀਵਰ ਵਗੈਰਾ ਹਰ ਵੇਲੇ ਸ਼ਹਿਨਾਜ਼ ਤਾਂ ਤੁਹਾਡੇ ਕਿਤੇ ਮੈਂ ਦੁਆਈ ਬੈਠੀ ਕਰਦੀ ਯਕਦਮ, ਅੱਲਾ ਤਾਂ ਕੋਈ ਲੰਬੀ ਉਮਰ ਦੇਵੇ। ਹਾਂਜੀ ਮੇਰੇ ਵੀਵਰ ਵਗੈਰਾ ਉਮੀਦ ਕਰਨਾ ਤਾਂ ਸਰ ਅੱਜ ਦਾ ਵਲੋਗ ਪਸੰਦ ਆਇਆ ਸੀ, ਨੈਕਸਟ ਵਲੋਗ ਮਿਲਸੂ, ਹੁਣ ਕਹਿੰਦੇ ਪਏ ਇਜਾਜ਼ਤ, ਅੱਲਾ ਹਾਫਿਜ਼।